ਹਾਲ ਚਾਲ ਹੈ ਜੀ ਸਾਰਿਆਂ ਦਾ। ਆਪਾਂ ਜਾ ਰਹੇ ਹਾਂ ਅੱਜ ਫਤਿਹਗੜ੍ਹ ਸਾਹਿਬ, ਨਾਲੇ ਮੱਥਾ ਟੇਕ ਆਵਾਂਗੇ ਅਤੇ ਖੂਨਦਾਨ ਕੈਂਪ ਲੱਗਿਆ ਹੋਇਆ ਉੱਥੇ ਫਤਿਹਗੜ੍ਹ ਸਾਹਿਬ ਗੁਰਦੁਆਰਾ 'ਚ, ਅਤੇ ਨਾਲੇ ਖੂਨ ਕਢਵਾ ਕੇ ਆਉਣਾ ਆਪਾਂ। ਟੈਸਟ ਟੁਸਟ ਕਰਵਾਏ ਸੀ, 15 ਗ੍ਰਾਮ ਖੂਨ ਆ, ਅਤੇ ਚਲੋ ਵੀ ਕਢਵਾ ਦਿੰਦੇ ਹਾਂ, ਅਤੇ ਬਾਹਲਾ ਜ਼ਿਆਦਾ ਖੂਨ ਦਾ ਵੀ ਕੋਈ ਫਾਇਦਾ ਨਹੀਂ। ਬਾਕੀ ਜਾ ਰਹੇ ਹਾਂ ਖਾਨਪੁਰ ਆ ਗਏ ਫਾਟਕਾਂ 'ਤੇ, ਅਤੇ ਕਾਫੀ ਟਾਈਮ ਖੜ੍ਹੇ ਰਹੇ ਹਾਂ ਫਾਟਕਾਂ 'ਤੇ। ਟ੍ਰੇਨ 3-4 ਟ੍ਰੇਨਾਂ ਆਈਆਂ ਨੇ ਅਤੇ ਹੁਣ ਖੁੱਲ੍ਹਿਆ ਦੀ ਫਾਟਕ। ਤਕਰੀਬਨ ਇੱਧਰ ਜੀਰੀਆਂ ਦਾ ਕੰਮ ਨਿਬੜੇ ਗਿਆ ਅਤੇ ਆਪਣਾ ਭਾਦਲੇ ਪਾਣੀ ਚੱਲਦਾ ਹੀ ਆ। ਤੁਸੀਂ ਆਪਣੇ ਆਪਣੇ ਏਰੀਏ 'ਚ ਦੱਸਿਓ ਵੀ ਮੁੱਕ ਗਿਆ ਜੀਰੀ ਦਾ ਕੰਮ ਜਾਂ ਹਲੇ ਚੱਲਦਾ ਹੈ। ਤਕਰੀਬਨ ਜਿਹੜਾ ਆਲੂ ਵਾਲੀ ਬੈਲਟ ਆ ਉੱਧਰ ਤਾਂ ਤਕਰੀਬਨ ਲੱਗੇ ਗਈ, ਜਿਹੜੇ ਕਣਕ ਬੀਜਣੀ ਜਿਹੜੇ ਵੀਰਾਂ ਨੇ ਉਹ ਰਹਿੰਦੀ ਹੋਊਗੀ, ਜਿਵੇਂ PR 126 ਦੀ ਲਵਾਈ ਹਲੇ ਚੱਲੀ ਜਾਣੀ ਆ 15-20 ਦਿਨ ਹੋਰ, ਅਤੇ ਬਾਕੀ ਚੱਲਦੇ ਆ ਹੁਣ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਦੇ ਹਾਂ ਅਤੇ ਨਾਲੇ ਖੂਨਦਾਨ ਕਰਦੇ ਹਾਂ। ਮਿਲਦੇ ਹਾਂ ਜੀ ਆ ਕੇ ਗੁਰਦੁਆਰਾ ਸਾਹਿਬ, ਕਰਾਉਂਦੇ ਹਾਂ ਤੁਹਾਡੇ ਵੀ ਦਰਸ਼ਨ ਗੁਰਦੁਆਰਾ ਸਾਹਿਬ ਦੇ। ਬਾਕੀ ਮੌਸਮ ਸਾਫ ਆ ਸਾਡੇ, ਕੰਨੀ ਮੀਂਹ ਪਿਆ ਨਹੀਂ, ਕੱਲ੍ਹ ਔਰ ਪਰਸੋਂ ਦਾ ਦੱਸਿਆ ਹੋਇਆ ਸੀ ਅਤੇ ਬੱਦਲ ਤਾਂ ਕਾਫੀ ਹੋ ਗਿਆ ਸੀ ਪਰ ਪਿਆ ਨਹੀਂ ਹੈਗਾ। ਮੀਂਹ ਦੀ ਲੋੜ ਆ, ਮੀਂਹ ਪੈਣਾ ਚਾਹੀਦਾ, ਬਾਹਲਾ ਜ਼ਿਆਦਾ ਵੀ ਨਹੀਂ, ਠੀਕ ਜਿਹਾ ਪੈ ਜਾਵੇ, ਨਾਲੇ ਜੀਰੀਆਂ ਵਧੀਆ ਹੋ ਜਾਣਗੀਆਂ। ਅਤੇ ਮੀਂਹ ਵੀ ਜੀਰੀ ਨੂੰ ਰੇਵ ਮਾਂ ਕੇ ਲੱਗਦਾ, ਪਰ ਰਹਿ ਗਿਆ 2-4 ਕਿਲੋਮੀਟਰ ਬਾਅਦ ਪਹੁੰਚਦੇ ਹਾਂ, ਕਰਾਉਂਦੇ ਹਾਂ ਤੁਹਾਨੂੰ ਦਰਸ਼ਨ ਗੁਰਦੁਆਰਾ ਸਾਹਿਬ ਦੇ। ਪਹੁੰਚ ਗਏ ਜੀ ਫਤਿਹਗੜ੍ਹ ਸਾਹਿਬ, ਅਤੇ ਸੰਗਤਾਂ ਕਾਫੀ ਆਈਆਂ ਹੋਈਆਂ ਨੇ, ਆ ਦੇਖੋ ਟਰੱਕ 'ਚ ਵੀ ਆਏ ਹੋਏ ਨੇ, ਉਹ ਸਾਹਮਣੇ ਆ ਗਿਆ ਗੁਰਦੁਆਰਾ ਸਾਹਿਬ, ਅਤੇ ਨਾਲੇ ਦੇਖਦੇ ਹਾਂ ਕੈਂਪ ਵੀ ਕਿੱਥੇ ਲੱਗਿਆ ਹੋਇਆ ਖੂਨਦਾਨ ਨਾਲ। ਬਾਕੀ ਭੀੜ ਕਾਫੀ ਹੋਣੀ ਆ, ਐਤਵਾਰ ਕਰਕੇ ਸੰਗਤ ਆਈ ਜਾਂਦੀਆਂ ਨੇ ਮੱਥਾ ਟੇਕਣ। ਕਰੋ ਜੀ ਦਰਸ਼ਨ ਠੰਡਾ ਬੁਰਜ ਦੇ। ਵਾਪਸ ਚੱਲੇ ਹਾਂ ਜੀ ਫਤਿਹਗੜ੍ਹ ਸਾਹਿਬ, ਟੇਕ ਲਿਆ ਮੱਥਾ ਅਤੇ ਆਪਾਂ ਖੂਨ ਵੀ ਕਢਵਾ ਤਾ 1 ਥੈਲੀ, ਅਤੇ ਬਾਕੀ ਨਹਿਰ 'ਤੇ ਆ ਗਏ ਸਰਹੰਦ ਵਾਲੀ ਦੇ ਪਿੰਡਾਂ 'ਚ ਨੂੰ ਆ ਗਏ ਸੀ। ਆਹ ਦੇਖੋ ਸ਼ੂਟਿੰਗ ਚੱਲਦੀ ਆ, ਕੋਈ ਜਾਂ ਫਿਲਮ ਦੀ ਜਾਂ ਗਾਣੇ ਦੀ ਸ਼ੂਟਿੰਗ ਹੋਊਗੀ, ਚੱਲਦੀ ਆ ਸਾਹਮਣੇ ਦੇਖੋ ਲਾਇਆ ਹੋਇਆ ਸੈੱਟ, ਉਹ ਕੁੜੀ ਖੜ੍ਹੀ ਆ ਅਤੇ ਮੁੰਡਾ ਖੜ੍ਹਾ ਏ, ਗਾਣੇ ਗੂਣੇ ਦੀ ਹੋਊਗੀ, ਫਿਲਮ ਵਾਲਾ ਜੁਗਾੜ ਤਾਂ ਲੱਗਦਾ ਨਹੀਂ ਐਡਾ।
ਕੋਈ ਐਸਾ ਵੈਸਾ ਹੀ ਗਾਣਾ ਹੋਊਗਾ ਜਿਹੜੀ ਆ ਮਾਡਲ ਲਈ ਹੋਈ ਆ, ਸਿੰਪਲ ਜੀ ਆ ਕੁੜੀ, ਕੋਈ ਹਲਕਾ ਫੁਲਕਾ ਹੀ ਗਾਣਾ ਹੋਣਾ। ਜੇ ਦੇਖਣਾ ਦਿਖਾ ਦਿੰਦੇ ਆਪਾਂ ਤੁਹਾਨੂੰ। ਨਹਿਰ ਸਰਹੰਦ ਵਾਲੀ ਜਿਹੜੀ ਨੰਗਲ ਡੈਮ ਤੋਂ ਆਉਂਦੀ ਆ, ਬਹੁਤ ਜ਼ਿਆਦਾ ਪਾਣੀ ਚੱਲ ਰਿਹਾ ਅਤੇ ਹੁਣ ਚੱਲਦਿਆਂ ਪਿੰਡ ਨੂੰ। ਮੌਸਮ ਹੋ ਗਿਆ ਥੋੜ੍ਹਾ ਜਿਹਾ ਬੱਦਲਬਾਈ ਵਾਲਾ, ਮੀਂਹ ਪੈ ਜਾਵੇ ਵਧੀਆ ਗੱਲ ਆ, ਅਤੇ ਬਾਕੀ ਜਾ ਕੇ ਦੇਖਦੇ ਹਾਂ ਹੁਣ ਕੰਮ ਕਾਰ। ਮਾਜਰੀ ਲਾਏ ਹੋਏ ਨੇ ਬੰਦੇ, ਆਪਾਂ ਡੱਕੇ ਲਾਉਣ ਜੀਰੀ 'ਚ, ਕਾਫੀ ਮਰ ਗਈ ਤੀ ਜੀ ਮੀਂਹ ਦੇ ਪਾਣੀ ਨਾਲ। ਇੱਧਰ ਨੂੰ ਆ ਗਏ ਆਪਾਂ ਸ਼ੋਰਟ ਕੱਟ ਰਾ ਪਿੰਡਾਂ 'ਚ ਨੂੰ, ਇਹ ਤਕਰੀਬਨ ਇੱਧਰ ਜੀਰੀਆਂ ਲੱਗ ਗਈਆਂ ਸਾਰੀਆਂ ਹੀ, ਦੂਜਾ ਮਾਰਿਆ ਹੀ ਆ। ਆ ਗਏ ਦੀ ਮਾਜਰੀ ਮੋਟਰ 'ਤੇ, ਅਤੇ ਚੱਲਦੀ ਆ ਮੋਟਰ ਜੀਰੀ ਨੂੰ, ਅਤੇ ਆਹ ਕਿਆਰਾ ਜਿਹਾ ਭਰਤਾ ਆਪਾਂ ਹੁਣੇ ਭਰ ਕੇ ਹਟੇ ਹਾਂ, ਅਤੇ ਹੁਣ ਦੋ ਕਿਆਰਿਆਂ ਨੂੰ ਪੈ ਰਿਹਾ ਪਾਣੀ, ਅਤੇ ਬਾਕੀ ਬੰਦੇ ਲਾਏ ਹੋਏ ਨੇ ਆਪਾਂ ਡੱਕੇ ਲਾਉਣ ਜਿੱਥੇ ਜਿੱਥੇ ਮਰਿਆ ਹੋਇਆ, ਪਿੰਡ ਨਿਬੜ ਗਿਆ ਜੀ ਡੱਕਿਆਂ ਦਾ ਕੰਮ, ਅਤੇ ਆਹ ਮੋਟਰ 'ਤੇ ਚੱਲਦਾ ਏ, ਅਤੇ ਉਹ ਖੇਤ ਕਾਫੀ ਮਰਿਆ ਹੋਇਆ ਸੀ, ਨੀਵੇਂ ਕਰਕੇ ਪਾਣੀ ਨਿਕਲਿਆ ਪਰਲੇ ਪਾਸੇ ਪਹੀ ਦੀ, ਅਤੇ ਆਹ ਖੇਤ ਠੀਕ ਆ ਹਾਲੇ। ਅਤੇ ਜੇ ਆਪਾਂ ਇੱਕ ਯੂਰੀਆ ਪਵਾਤਾ PR 126 ਜੀਰੀ ਆ ਆਪਣੀ, ਅਤੇ ਬਾਕੀ ਆਲੇ ਦੁਆਲੇ ਗੇੜਾ ਮਾਰ ਕੇ ਦੇਖਦੇ ਹਾਂ ਵੀ ਕਿੰਨੇ ਕੁ ਡੱਕੇ ਮਰੇ ਹੋਏ ਨੇ, ਕੀ ਗੱਲਬਾਤ ਆ। ਅਤੇ ਭਾਦਲੇ ਵੀ ਚੱਲਦੀ ਆ ਮੋਟਰ, ਉੱਥੇ ਦੋਵੇਂ ਮੋਟਰਾਂ 'ਚ ਟੋਟਾ ਪਾਉਣਾ ਪਊਗਾ ਇੱਕ ਇੱਕ, ਅਤੇ ਉਹ ਪਾਵਾਂਗੇ। ਬਾਕੀ ਦੇਖੋ ਇੱਦਾਂ ਦੀ ਖੜਿਆ ਜੀਰੀ, ਵਧੀਆ ਖੜਾ ਖੇਤ ਇਹ, ਅਤੇ ਲੰਘਣ ਨੂੰ ਪੱਟ ਪੂਰੀ ਚੌੜੀ ਕਰੀ ਹੋਈ ਆ, ਜੇ ਮਰਜ਼ੀ ਜੀ ਲੰਘੀ ਜਾਵੇ ਬੰਦਾ। ਅਤੇ ਆਹ ਖੇਤ ਦੇ ਤਾਂ ਖੁੰਜੇ ਖਾਂਜਿਆਂ 'ਚ ਹੋਊਗਾ, ਜੇ ਹੋਏ ਡੱਕੇ ਲੱਗਣ ਨੂੰ ਉਹ ਵੀ ਮੰਨ ਲਓ ਜਿੱਥੇ ਮੱਕੀ ਦੇ ਟਾਂਡਿਆਂ ਦੇ ਡੱਕੇ ਡੁੱਕੇ ਜਿਹੇ ਆਏ ਹੋਏ ਨੇ ਉੱਥੇ ਆ ਖੁੰਜੇ ਖਾਂਜਿਆਂ 'ਚ, ਬਾਕੀ ਹੋਰ ਕਿਤੇ ਨਹੀਂ ਹੋਣੇ। ਬਾਕੀ ਖੇਤ ਠੀਕ ਆ, ਦੇਖੋ ਆਹ ਮਰਿਆ ਪਿਆ ਕਾਫੀ ਜਗ੍ਹਾ, ਉਹ ਤੱਕ ਜਿੱਥੇ ਤੱਕ ਫੂਸ ਆ, ਅਤੇ ਆਪਾਂ ਨਹੀਂ ਕਦੇ ਵੀ ਇਹ ਕੱਢੇ, ਟੰਡੇ ਟੁੰਡੇ ਜੇ ਬੱਚੇ ਰਹਿਣ ਦਿੰਦੇ ਹਾਂ। ਇੱਕਣੇ ਜਾਂ ਜੀਰੀ ਦੀ ਵਢਾਈ ਤੋਂ ਬਾਅਦ ਵਾਹੀ ਹੁੰਦੀ ਆ, ਬੱਚੇ ਗਲ ਗੁਲ ਜਾਂਦੇ ਨੇ, ਅਤੇ ਵਿੱਚ ਵਿੱਚ ਲੋਕ ਕੱਢ ਵੀ ਦਿੰਦੇ ਨੇ, ਪਰ ਆਪਾਂ ਕਦੇ ਨਹੀਂ ਕੱਢੇ ਹੈਗੇ। ਅਤੇ ਆਹ ਖੇਤ ਵੀ ਠੀਕ ਆ, ਅਤੇ ਚੂਹਿਆਂ ਦੀਆਂ ਖੱਡਾਂ ਬਹੁਤ ਤੰਗ ਕਰਦੇ ਨੇ ਚੂਹੇ,
ਖੱਡਾਂ ਕਰ ਦਿੰਦੇ ਨੇ। ਆ ਦੇਖੋ ਕਿਵੇਂ ਲਵੇ ਲਵੇ ਗਿਰੀ ਖਾਧੀ ਪਈ ਆ, ਵੱਟਾਂ ਚੋਂ ਮਿੱਟੀ ਕੱਢੀ ਪਈ ਆ। ਬਾਕੀ ਪਿੰਡ ਪਾਉਣੇ ਅੱਜ ਯੂਰੀਆ, ਸ਼ਾਮ ਨੂੰ 3:30-4 ਕੁ ਵਜੇ ਦਾ ਟਾਈਮ ਹੋ ਗਿਆ ਅਤੇ ਦੂਜਾ ਯੂਰੀਆ ਪਾਉਣਾ। ਉਹ 'ਚ ਪਾਉਣਾ ਆਪਾਂ ਮੈਕੋ ਰਾਜਾ, ਦਿਖਾਵਾਂਗੇ। ਆਪਾਂ ਕਰੀਏ ਜੀ ਸਪਰੇ ਵੱਟਾਂ ਦੀ, ਅਤੇ ਸੜਕ ਦੇ ਨਾਲ ਨਾਲ ਜਿੰਨਾ ਵੀ ਖੱਬਲ ਦੀ ਸਾਰੇ 'ਤੇ ਕਰਤੀ, ਪੰਪ ਆਪਾਂ ਟੰਗਿਆ ਹੋਇਆ ਮੋਢਿਆਂ 'ਤੇ। ਅਤੇ ਬਾਕੀ ਇਹ ਕਾਲੇ ਪੜ੍ਹਦੇ ਨੇ ਦੇਸ਼ ਭਗਤ ਯੂਨੀਵਰਸਿਟੀ 'ਚ, ਇਹਨੇ ਹਾਕ ਮਾਰ ਕੇ ਬੁਲਾਇਆ, ਮਿਲਦੇ ਆ ਇਹਨੂੰ। ਬਹੁਤ ਤੇਜ਼ ਲੰਘਿਆ ਗੱਡੀ ਵਾਲਾ, ਉਹ ਜਾਂਦਾ ਸਾਹਮਣੇ। ਸਪਰੇ ਕੱਖਾਂ ਦੀ, ਸਪਰੇ ਕੱਖਾਂ ਦੀ ਕਰੀ ਆ। ਘੁੰਮਣ ਚੱਲੇ ਆ। ਹਾਂ ਜੱਗੀ, ਇਹ ਬਾਈ ਕਹਿੰਦਾ ਸਪਰੇ ਡਰਿੰਕ ਕਰੀ ਆ, ਇਹ ਕਹਿੰਦਾ ਸਪਰੇ ਕਾਹਦੀ ਕਰਦਾ ਵਾ ਕੱਖਾਂ ਦੀ। ਬਾਕੀ ਤੂੰ ਕਰ ਗੱਲ ਗੁੱਲ ਇਹਦੇ ਨਾਲ, ਸਮਝ ਨੀ ਲੱਗਦੀ ਮੈਨੂੰ ਤਾਂ। ਹੈਂ, ਪੁੱਛ ਇਹਨੂੰ। ਚੱਲੇ ਆ ਜੱਗੀ ਸਿੰਘ, ਝੋਨਾ ਚੌਲ ਓਕੇ, ਰਾਈਸ ਯੂ ਸਪਰੇ ਗ੍ਰਾਸ, ਸਪਰੇ ਜੀ ਗਾਸ ਸਪਰੇ, ਸਪਰੇ ਨੀਮ ਸਪਰੇ ਨੀਮ, ਗ੍ਰਾਮਸਨ ਗ੍ਰਾਮਸਨ ਇਹ ਹੁਣ ਘੁੰਮ ਕੇ ਵੱਟਾਂ ਤੇ ਦੇਖੂਗਾ ਫਸਲ ਬਾੜੀ ਵੀ ਕਿਵੇਂ ਆ ਕਿਵੇਂ ਨਹੀਂ। ਲਾਈਵ ਕਰੂਗਾ, ਲਾਈਵ ਫੇਸਬੁੱਕ ਲਾਈਵ। ਬੰਦੇ ਘੈਂਟ ਨੇ ਇਹ, ਉੱਥੇ ਸਾਹਮਣੇ ਉਹ ਪੀ ਜੀ ਆ ਇਹਨਾਂ ਦੀ, ਜਿਹੜਾ ਉਹ ਚਿੱਟਾ ਜਿਹਾ ਰੰਗ ਹੋਇਆ ਜਿਹਨੂੰ, ਉੱਥੇ ਰਹਿੰਦੇ ਨੇ। ਯੂ ਆਰ ਫਰੋਮ ਲਾਈਬੀਰੀਆ, ਵੈਸਟ ਅਫਰੀਕਾ ਅਫਰੀਕਾ